ਇਹ ਮਸਲੇ ਦੇ ਵਿੱਚ ਵੀ ਜੋ ਕੇਸ ਚੱਲਦਾ ਹਾਈ ਕੋਰਟ ਦੇ ਵਿੱਚ 295 ਜਿਹੜਾ ਸਰਕਾਰ ਨੇ ਤਾਂ ਵਾਪਸ ਲੈ ਲਿਆ ਹੁਣ ਜੀ ਮੰਨ ਲਓ ਅਦਾਲਤ ਨੇ ਸਜ਼ਾ ਦੇ ਦਿੱਤੀ ਤੇ ਫਿਰ ਫੇਰ ਜਥੇਦਾਰਾਂ ਦਾ ਕੀ ਬਣੂ ਜਿਹੜੇ ਕਹਿੰਦੇ ਵੀ ਤਾਂ ਇਹ ਤਾਂ ਜੀ ਨਫਲ ਤਾਂ ਕੀਤੀ ਵੀ ਨੇ ਇਹਨਾਂ ਨੇ ਤਾਂ ਐਵੇਂ ਪਹਿਲੇ ਖਾਤਾ ਗਏ ਸੀ ਸਾਨੂੰ ਫਿਰ ਉਹ 295 ਠੀਕ ਹੈ ਵੱਖਰੀ ਗੱਲ ਹੈ ਸਰਕਾਰ ਨੇ ਸਿਫਾਰਿਸ਼ ਕਰਕੇ ਉਹ ਕੇਸ ਵਾਪਸ ਲੈ ਲਿਆ 295 ਦਾ ਅਸਲ ਦੇ ਵਿੱਚ ਸਿਫਾਰਿਸ਼ਾਂ ਜੇ ਕੱਚੀਆਂ ਨਹੀਂ ਹੁੰਦੀਆਂ ਇਹੋ ਜਿਹੀਆਂ ਹੁੰਦੀਆਂ ਆ ਪਿੰਕੀ ਕੈਟ ਦੀ ਸਿਫਾਰਿਸ਼ ਹੋ ਗਈ ਪਹਿਲੇ ਹੀ ਰਿਹਾ ਦਿੱਤੀ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਹੈ ਕੈਦਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਦੀ ਕੋਈ ਸਿਫਾਰਿਸ਼ ਨਹੀਂ ਸਿਫਾਰਿਸ਼ਾਂ ਹੁੰਦੀਆਂ ਕੈਟਾਂ ਦੀਆਂ ਸਿਫਾਰਿਸ਼ਾਂ ਹੁੰਦੀਆਂ ਕੱਚੇ ਪਹਿਲੇ ਗੁਰੂਆਂ ਦੀਆਂ ਕੱਚੇ ਪਿੱਲੇ ਗੁਰੂਆਂ ਦੀਆਂ ਸਿਫਾਰਿਸ਼ਾਂ ਅਤੇ ਸਿੱਖ ਸਿੱਖ ਨੂੰ ਕੋਈ ਰਿਆਤ ਨਹੀਂ ਸਿੱਖ ਦਾ ਕਦੇ 57 ਦੇ ਵਿੱਚ ਵੀ ਹਾਈ ਕੋਰਟ ਤੱਕ ਜਾਣਾ ਪੈਂਦਾ ਜ਼ਮਾਨਤ ਕਰਾਉਣ ਸਮਝਣ ਦੀ ਲੋੜ ਹੈ ਇਸ ਕਰਕੇ ਇਹ ਤਾਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਇੱਥੋਂ ਤੱਕ ਆਪਾਂ ਸਮਝ ਲਿਆ ਵੀ ਇਹ ਸਪਸ਼ਟੀਕਰਨ ਜਿਹੜਾ ਉਹਨਾਂ ਨੇ ਸਿੱਖ ਕੌਮ ਨੂੰ ਕਮਲੀ ਬਣਾਉਣ ਵਾਸਤੇ ਦਿੱਤਾ ਵੀ ਸਿੱਖਾਂ ਨੂੰ ਮੈਂ ਭੁਲੇਖਾ ਪਹਿਲੇ ਨਕਲ ਨਹੀਂ ਕੀਤੀ ਇਹਨਾਂ ਨੇ ਸਪਸ਼ਟੀਕਰਨ ਨੂੰ ਪ੍ਰਵਾਨ ਕਰਕੇ ਇਹ ਮੰਨ ਲਿਆ ਉਹਨਾਂ ਦਾ ਕਹਿਣਾ ਵੀ ਹਾਂ ਜੀ ਸਿੱਖਾਂ ਨੂੰ ਭੁਲੇਖਾ ਪੈ ਗਿਆ ਸੀ ਕਮਲੇ ਹੈ 8 ਭੁਲੇਖਾ ਪੈ ਰਿਹਾ ਸਾਨੂੰ ਐਵੇਂ ਵੀ ਏਡੀ ਵੱਡੀ ਇਸ ਕਰਕੇ ਇਹ ਜਿਹੜਾ ਯਾਨੀ ਕਿ ਸਪਸ਼ਟੀਕਰਨ ਦੇ ਉੱਤੇ ਨੂੰ ਪ੍ਰਵਾਨ ਕਰਕੇ ਉਹਨੂੰ ਮਾਫ਼ੀ ਨਵਾਂ ਦਿੱਤਾ ਹੈ ਇਹ ਗਲਤ ਹੈ ਨਾ ਜੀ ਹੁਣ ਦੱਸਿਓ ਸਾਰੇ ਜੇ ਕਿਸੇ ਦੀ ਖਿਆਲ ਹੈ ਵੀ ਨਹੀਂ ਠੀਕ ਹੈ ਜੀ ਭਾਈ ਉਹ ਸਟੇਜ 'ਤੇ ਆ ਸਕਦਾ ਕਿਉਂਕਿ ਸੰਗਤ ਹੈ ਸਾਰੀ ਫੇਰ ਨਾ ਕਹੋਗੇ ਅਸੀਂ ਕੋਈ ਫੈਸਲਾ ਕਰਤਾ ਕਿਸੇ ਦੀ ਵੱਖਰੀ ਰਾਏ ਹੈ ਜੀ ਅੱਧਾ ਮਿੰਟ ਦਿੱਤਾ ਜੀ ਕੋਈ ਮਾਤਾ ਭੈਣ ਧੀ ਵੀਰ ਬਜ਼ੁਰਗ ਨੌਜਵਾਨ ਕੋਈ ਵੱਖਰੀ ਰਾਏ ਰੱਖਦਾ ਚਲੋ ਜੀ ਸਾਰਿਆਂ ਦੀ ਹੁਣ ਇਹ ਰਾਏ ਹੈ ਤੁਹਾਡੀ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਇਹ ਜਿਹੜਾ ਮਾਫ਼ੀਨਾਮਾ ਇਹਨਾਂ ਨੇ ਇਹਨਾਂ ਦੇ ਸਪਸ਼ਟੀਕਰਨ 'ਤੇ ਗਲਤ ਜਾਰੀ ਕੀਤਾ ਕਿਉਂਕਿ ਜਦੋਂ ਕਿਸੇ ਨੇ ਗਲਤੀ ਨਹੀਂ ਮੰਨੀ ਤਾਂ ਫਿਰ ਉਹ ਮਾਫ਼ੀ ਕਾਹਦੀ ਮੰਗਦਾ ਇਹ ਤਾਂ ਅਸੀਂ ਆਪ ਹੀ ਯਾਨੀ ਕਿ ਕਮਲੇ ਬਣ ਗਏ ਇਸ ਕਰਕੇ ਇਹ ਜਿਹੜਾ ਮਾਫ਼ੀਨਾਮਾ ਦਿੱਤਾ ਇਹਨਾਂ ਦੇ ਸਪਸ਼ਟੀਕਰਨ 'ਤੇ ਇਹਨੂੰ ਪੂਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਕੀ ਇਕੱਠੀ ਹੋਈ ਸੰਗਤ ਮਹਿਸੂਸ ਕਰਦੀ ਹੈ ਵੀ ਇਹ ਮਾਫ਼ੀਨਾਮਾ ਗਲਤ ਦਿੱਤਾ ਹੈ ਇਹ ਕੌਮ ਨੂੰ ਕਮਲੀ ਬਣਾਇਆ ਜਥੇਦਾਰਾਂ ਨੇ ਸਿਆਸੀ ਪ੍ਰਭਾਵ ਥੱਲੇ ਇਹ ਗਲਤ ਫੈਸਲਾ ਕੀਤਾ ਇਸ ਫੈਸਲੇ ਨੂੰ ਗੁਰੂ ਦੀਆਂ ਸਮੁੱਚੀਆਂ ਇਕੱਠੀਆਂ ਹੋਈਆਂ ਸੰਗਤਾਂ ਰੱਦ ਕਰਦੀਆਂ ਸਾਰੇ ਬਾਹਾਂ ਖੜਕ ਕਰਕੇ ਜੀ ਫੈਸਲਾ ਰੱਦ ਕਰ ਦਿਓ ਜੀ ਵੱਲੋਂ ਜਿਹੜਾ ਇਹਨਾਂ ਨੇ ਸਿਆਸੀ ਪ੍ਰਭਾਵ ਥੱਲੇ ਇਹ ਗਲਤ ਮਾਫ਼ੀਨਾਮਾ ਜਾਰੀ ਕੀਤਾ ਇਹਨੂੰ ਗੁਰੂ ਕੀਆਂ ਸੰਗਤਾਂ ਰੱਦ ਕਰਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਬਲਵਾਨ ਸੱਜਣ ਪੰਥ ਦਰਦੀ ਨੂੰ ਰੱਦ ਕਰ ਚੁੱਕੇ ਹੈ ਸੋ ਇਹ ਜਿਹੜਾ ਇਹਨਾਂ ਨੇ ਜਾਰੀ ਕੀਤਾ ਯਾਨੀ ਕਿ ਕੂੜਨਾਮੇ ਕਹਿ ਲਓ ਆਪਾਂ ਇਹ ਤਾਂ ਇਹ ਰੱਦ ਹੋ ਗਿਆ